ਜਿਹੜੇ ਇਲਾਕੇ ਬਈ ਹੜ੍ਹ ਨਾਲ ਪ੍ਰਭਾਵਿਤ ਹੋਏ ਨੇ ਉਹ ਇੱਕ ਛੋਟਾ ਜਿਹਾ ਕੰਮ ਜ਼ਰੂਰ ਕਰ ਲੈਣ ਬਈ। ਜੇ ਤੁਹਾਡੇ ਪਿੰਡ ਤੋਂ 5 ਤੋਂ 6 ਕਿਲੋਮੀਟਰ ਦੂਰ ਵੀ ਮਤਲਬ ਹੜ੍ਹ ਨਾਲ ਹੜ੍ਹ ਦਾ ਪਾਣੀ ਆਇਆ ਤਾਂ ਵੀ ਤੁਹਾਨੂੰ ਇਹ ਕੰਮ ਕਰਨਾ ਜ਼ਰੂਰੀ ਹੈ, ਕਿਉਂਕਿ ਮੱਛਰ ਬਹੁਤ ਜ਼ਿਆਦਾ ਪੈਦਾ ਹੁੰਦਾ ਬਈ ਅਤੇ ਬਿਮਾਰੀਆਂ ਬਹੁਤ ਜ਼ਿਆਦਾ ਪੈਦਾ ਹੁੰਦੀਆਂ ਨੇ ਇਹ ਚੀਜ਼ 'ਚ। ਮਤਲਬ ਜਿਹੜਾ ਪਾਣੀ ਹੁੰਦਾ ਬਦਬੋ ਵਾਲਾ ਪਾਣੀ ਹੁੰਦਾ ਉਹ 'ਚੋਂ ਬਹੁਤ ਜ਼ਿਆਦਾ ਬਿਮਾਰੀਆਂ ਪੈਦਾ ਹੁੰਦੀਆਂ ਨੇ ਅਤੇ ਤੁਹਾਡੇ ਮਤਲਬ ਪਸ਼ੂ ਬਿਮਾਰ ਹੋ ਸਕਦੇ ਆ, ਤੁਸੀਂ ਵੀ ਬਿਮਾਰ ਹੋ ਸਕਦੇ ਹੋ, ਤੁਹਾਡੇ ਬੱਚੇ ਵੀ ਬਿਮਾਰ ਹੋ ਸਕਦੇ ਆ ਬਈ। ਤੁਸੀਂ ਬਸ ਆਹ ਇੱਕ ਛੋਟਾ ਜਿਹਾ ਕੰਮ ਕਰ ਲਓ ਬਈ। ਇਹ ਫੋਗਿੰਗ ਮਸ਼ੀਨ ਹੈ, ਮਤਲਬ ਕਿ ਮੱਛਰ ਇਹਦੇ ਨਾਲ ਖਤਮ ਹੋ ਜਾਂਦਾ। ਮੱਛਰ ਕੋਈ ਵੀ ਕੀਟ ਹੁੰਦਾ, ਐਂਟੀਬਾਇਓਟਿਕ ਚੀਜ਼ ਹੁੰਦੀ ਹੈ, ਕੋਈ ਵੀ ਇਹਦੇ ਨਾਲ ਖਤਮ ਹੋ ਜਾਂਦੀ ਹੈ। ਇਹਦਾ ਕੋਈ ਖਰਚਾ ਨਹੀਂ ਬਈ, ਫਰੀ, ਮਤਲਬ ਇਹਦਾ ਕੋਈ ਖਰਚਾ ਨਹੀਂ, ਬਿਲਕੁਲ ਫਰੀ ਹੁੰਦਾ ਇਹ। ਤੁਸੀਂ ਜੇ ਇਹ ਚੀਜ਼ ਮਤਲਬ ਆਪਣੇ ਪਿੰਡਾਂ 'ਚ ਆਪਣੇ ਘਰਾਂ 'ਚ ਕਰਵਾਉਣਾ ਚਾਹੁੰਦੇ ਹੋ ਤਾਂ ਮਿਊਂਸੀਪਾਲਟੀ ਵਾਲੇ ਮਤਲਬ ਕਿ ਨਗਰ ਪਾਲਿਕਾ ਵਾਲਿਆਂ ਨਾਲ ਕੰਟੈਕਟ ਕਰੋ ਬਈ, ਉਹਨਾਂ ਦੇ ਮੇਨ ਔਫਿਸ 'ਚ ਕੰਟੈਕਟ ਕਰੋ, ਉੱਥੇ ਜਾਓ ਅਤੇ ਉਹ ਮਤਲਬ ਕਿ ਤੁਹਾਨੂੰ ਉੱਥੇ ਤੁਸੀਂ ਆਪਣਾ ਪਿੰਡ ਦੱਸੋ ਤਾਂ ਇਹ ਪਹੁੰਚ ਜਾਣਗੇ ਉੱਥੇ ਬਈ, ਮਤਲਬ ਕਿ ਆਪਣਾ ਇਹ ਕੰਮ ਕਰਨਗੇ। ਜਿੱਥੇ ਮੱਛਰ ਮੁੱਛਰ ਜ਼ਿਆਦੇ ਆ ਉੱਥੇ ਆਪਣੀ ਫੋਗਿੰਗ ਮਸ਼ੀਨ ਇਹ ਆਪੇ ਮਾਰਨਗੇ। ਇਹਦੇ ਵਿੱਚ ਬਈ ਡੀਜ਼ਲ ਪੈਂਦਾ ਅਤੇ ਇੱਕ ਗੈਸ ਦਾ ਜਿਹੜਾ ਕੇਨ ਚੜ੍ਹਦਾ। ਜੇ ਤੁਸੀਂ ਪਰਸਨਲ ਇਹ ਮਸ਼ੀਨ ਲੈਣਾ ਚਾਹੁੰਦੇ ਹੋ ਤਾਂ 5 ਤੋਂ 6 ਹਜ਼ਾਰ ਰੁਪਏ ਦਾ ਇਹਦਾ ਰੇਟ ਹੈ ਬਈ। ਆਪਣੇ ਪਸ਼ੂਆਂ ਲਈ ਜਾਂ ਆਪਣੇ ਕਿਤੇ ਪਾਰਕਿੰਗ ਆਉਂਦੇ ਆ ਉੱਥੇ ਮਾਰ ਲਈ, ਇਹ ਬਹੁਤ ਵਧੀਆ ਚੀਜ਼ ਹੈ। ਇਹ ਮਤਲਬ ਕਿ ਸਭ ਨਾਲੋਂ ਛੋਟੀ ਮਸ਼ੀਨ ਇਹ ਹੋਈ ਹੈ। ਇਹ 'ਚ 2 ਲੀਟਰ ਡੀਜ਼ਲ ਪੈਂਦਾ ਬਈ। ਉਹ ਡੀਜ਼ਲ 'ਤੇ ਮਤਲਬ ਕਿ ਪਿੱਛੋਂ ਗੈਸ ਦਾ ਕੇਨ ਚੜ੍ਹਦਾ, ਉਹਦੇ ਮਿਸ਼ਰਨ ਨਾਲ ਇਹ ਭਾਫ ਪੈਦਾ ਹੁੰਦੀ ਹੈ, ਇਹਦੇ ਨਾਲ ਮੱਛਰ ਮਰਦਾ, ਕੋਈ ਵੀ ਤਰ੍ਹਾਂ ਦਾ ਮਤਲਬ ਕੀਟ ਹੈ ਇਹਦੇ ਨਾਲ ਮਰ ਜਾਂਦਾ। ਇਹ ਚੀਜ਼ ਦਾ ਬਹੁਤ ਫਾਇਦਾ ਬਈ, ਬਿਮਾਰੀਆਂ ਫੈਲਦੀਆਂ, ਜਿਹੜਾ ਮੀਂਹ ਦੇ ਪਾਣੀ 'ਚੋਂ ਬਹੁਤ ਤਰ੍ਹਾਂ ਦੀ ਬਿਮਾਰੀਆਂ ਫੈਲਦੀਆਂ ਉਦੋਂ, ਕਿਉਂਕਿ ਹੁਣ ਮੱਛਰ ਆਉਂਦਾ ਉਹ ਮੀਂਹ ਦੇ ਪਾਣੀ 'ਚੋਂ ਹੀ ਆਉਂਦਾ, ਉਹ ਮੱਛਰ ਰਾਹੀਂ ਬਹੁਤ ਤਰ੍ਹਾਂ ਦੀ ਬਿਮਾਰੀਆਂ ਫੈਲਦੀਆਂ ਨੇ। ਇਹ ਚੀਜ਼ ਜ਼ਰੂਰੀ ਹੈ ਬਈ, ਇਹ ਚੀਜ਼ ਮਤਲਬ ਜ਼ਰੂਰ ਕਰੋ। ਜਾਂ ਤਾਂ ਜੇ ਤੁਸੀਂ ਪਰਸਨਲ ਲੈਣੀ ਹੈ ਤਾਂ ਪਰਸਨਲ ਲਓ, 5-6 ਹਜ਼ਾਰ ਰੁਪਏ ਦੀ ਆ ਜਾਂਦੀ ਹੈ। ਜਾਂ ਤੁਸੀਂ ਮਿਊਂਸੀਪੈਲਿਟੀ ਵਾਲੇ ਨਾਲ ਤੁਸੀਂ ਬਈ ਕੰਟੈਕਟ ਕਰੋ, ਉਹ ਆਪਣੇ ਤੁਹਾਡੇ ਘਰਾਂ 'ਚ ਬਿਲਕੁਲ ਫਰੀ ਇਹ ਕੰਮ ਕਰਕੇ ਜਾਣਗੇ ਬਈ। ਆਪਾਂ ਘਰਾਂ 'ਚ ਬਈ ਜਦੋਂ ਮੱਝਾਂ ਨੂੰ ਮੱਛਰ ਤੋਂ ਬਚਾਉਣ ਲਈ ਆਪਾਂ ਧੂੰਆਂ ਲਾ ਦਿੰਦੇ ਹਾਂ, ਕੋਈ ਖੱਬਲ ਦਾ ਕਿਸੇ ਵੀ ਚੀਜ਼ ਦਾ ਆਪਾਂ ਧੂੰਆਂ ਬਾਲ ਦਿੰਦੇ ਹਾਂ, ਉਹ ਚੀਜ਼ ਆਪਾਂ ਨੂੰ ਦੋਨਾਂ ਸਾਈਡ ਇਫੈਕਟ ਹੁੰਦਾ। ਇਹ ਚੀਜ਼ ਦਾ ਮੈਨੂੰ ਲੱਗਦਾ ਵੀ ਫਾਇਦਾ ਹੈ ਜੇ ਆਪਾਂ ਦਿਨ ਵਿੱਚ 2 ਵਾਰੀ ਆਪਾਂ ਮੱਝਾਂ ਕੋਲ ਇਹ ਚੀਜ਼ ਮਾਰੀਏ, ਕਿਉਂਕਿ ਇਹ ਚੀਜ਼ ਦਾ ਸਾਈਡ ਇਫੈਕਟ ਘੱਟ ਹੈ, 'ਚ ਡੀਜ਼ਲ ਪੈਂਦਾ ਸਿਰਫ। ਅਤੇ ਮਤਲਬ ਕਿ ਮੱਝਾਂ ਕੋਲ ਸਵੇਰੇ ਅਤੇ ਸ਼ਾਮ 2 ਟਾਈਮ ਮਾਰੀ ਤਾਂ ਇਹ ਮਤਲਬ ਕਿ ਮੱਛਰ ਆਉਂਦਾ ਨਹੀਂ, ਇਹਦੇ ਚੀਜ਼ ਦਾ ਇੰਨਾ ਫਾਇਦਾ ਹੈ। ਬਾਕੀ ਜਿੱਥੇ ਬਈ ਪਾਣੀ ਆਏ ਨੇ ਇਹ ਚੀਜ਼ ਜ਼ਰੂਰ ਕਰੋ, ਕਿਉਂਕਿ ਤੁਹਾਨੂੰ ਹੁਣ ਪਤਾ ਨਹੀਂ ਲੱਗਣਾ ਵੀ ਬਾਅਦ 'ਚੋਂ ਤੁਹਾਡੇ ਬੱਚਿਆਂ ਨੂੰ ਬਿਮਾਰੀਆਂ ਹੋਣਗੀਆਂ ਜਾਂ ਛੋਟੇ ਪਸ਼ੂ ਨੇ। ਜਿਵੇਂ ਇਹ ਦੇਖੋ ਬਈ ਬੱਚੀ ਇਹ ਬਿਮਾਰ ਹੋਈ ਹੈ, ਇਹ ਵੀ ਇਹ ਚੀਜ਼ ਕਾਰਨੇ ਹੋਈ ਹੈ ਮੱਛਰਾਂ ਕਾਰਨ। ਇਹ ਮਤਲਬ ਬਾਅਦ 'ਚੋਂ ਪਤਾ ਲੱਗਦਾ ਆਪਾਂ ਨੂੰ, ਛੋਟੀ ਚੀਜ਼ 'ਤੇ ਪਹਿਲਾਂ ਹਮਲਾ ਕਰਦੇ ਹੁੰਦੇ ਕੋਈ ਵੀ ਬਿਮਾਰੀ ਹੁੰਦੀ ਹੈ ਬਾਅਦ। ਬਾਕੀ ਜੇ ਕੰਮ ਤੁਸੀਂ ਕਰਾਉਣਾ ਬਈ ਤਾਂ ਨਗਰ ਪਾਲਿਕਾ ਨਾਲ ਕੰਟੈਕਟ ਕਰੋ, ਮਿਊਂਸੀਪੈਲਟੀ ਵਾਲੇ ਨਾਲ, ਤੁਹਾਡੇ ਏਰੀਏ ਦੇ ਨਾਲ, ਜਿੱਥੇ ਵੀ ਤੁਹਾਡੇ ਏਰੀਏ ਦੇ ਮਤਲਬ ਕਿ ਡਿਊਟੀ ਹੈ ਇਹਨਾਂ ਦੀ, ਉਹਨਾਂ ਨਾਲ ਕੰਟੈਕਟ ਕਰੋ, ਉਹ ਆਪਣੇ ਤੁਹਾਡੇ ਮਤਲਬ ਕਿ ਏਰੀਏ 'ਚ ਆਪੇ ਆਉਣਗੇ, ਖੁਦ ਇਹ ਚੀਜ਼ ਦੀ ਮਤਲਬ ਕਿ ਛਿੜਕਾਅ ਕਰਨਗੇ ਬਈ, ਸਪਰੇਅ ਕਰਨਗੇ।